ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਜੀਐਸ ਅਪਡੇਟਸ ਸੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਜਮਾਤ 11ਵੀਂ ਵਾਤਾਵਰਣ ਸਿੱਖਿਆ ਦੇ ਲਈ ਫੁੱਲੀ ਸੋਲਡ ਪੇਪਰ 2023 ਪ੍ਰੀਖਿਆ ਉਹਨਾਂ ਦੇ ਲਈ ਸੋ ਪੂਰੀ ਜਾਣਕਾਰੀ ਵਿਦ ਸੋਲੂਸ਼ਨ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਸੇ ਤਰ੍ਹਾਂ ਹੋਰ ਵੀਡੀਓਜ਼ ਸਭ ਤੋਂ ਪਹਿਲਾਂ ਤੇ ਸਮੇਂ ਸਵੇਰੇ ਦੇਖਣ ਲਈ ਸੋ ਜ਼ਿਆਦਾ ਸਮਾਂ ਬੇਸਤ ਨਾ ਕਰਦੇ ਹੋਏ ਚਲੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਸਮਾਂ 2 ਘੰਟੇ ਤੱਕ ਜਾਵੇਗਾ ਤੇ ਕੁੱਲ 45 ਅੰਕ ਦਾ ਤੁਹਾਨੂੰ ਇਹ ਪੇਪਰ ਆਵੇਗਾ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ ਸੋ ਕੁੱਲ 30 ਅੰਕ ਦੇ ਤੁਹਾਨੂੰ ਪਹਿਲਾ ਪ੍ਰਸ਼ਨ ਪੁੱਛਿਆ ਜਾਣਗੇ ਪਹਿਲਾ ਪ੍ਰਸ਼ਨ ਹੈ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਨੇ 6 ਜੂਨ 7 ਜੂਨ 5 ਜੂਨ ਜਾਂ ਫਿਰ 4 ਜੂਨ ਸੋ ਪ੍ਰਸ਼ਨ ਪਹਿਲੇ ਦਾ ਉੱਤਰ ਆਵੇਗਾ ਆਪਸ਼ਨ ਈਡੀ 5 ਜੂਨ ਨੂੰ ਵਾਤਾਵਰਣ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ ਦੂਸਰਾ ਵਿਸ਼ਵ ਸਿਹਤ ਦਿਵਸ ਕਦੋਂ ਮਨਾਇਆ ਜਾਂਦਾ ਹੈ 1 April 2 April 6 April ਜਾਂ ਫਿਰ 4 April ਸੋ ਪ੍ਰਸ਼ਨ ਦਾ ਦੂਸਰੇ ਦਾ ਉੱਤਰ ਆਵੇਗਾ অপਸ਼ਨ D 4 April ਸੋ ਇੱਥੇ 4 ਆਵੇਗਾ ਮਿਸਪ੍ਰਿੰਟਿੰਗ ਹੈ 4 April ਨੂੰ ਨੈਕਸਟ ਹੈ 31 ਦਿਵਸ ਕਦੋਂ ਮਨਾਇਆ ਜਾਂਦਾ ਹੈ 20 April 21 April 22 April ਜਾਂ ਫਿਰ 23 April ਨੂੰ ਸੋ ਉੱਤਰ ਆਵੇਗਾ ਆਪਸ਼ਨ ਈਡੀ 22 ਅਪ੍ਰੈਲ ਨੂੰ ਚੌਥਾ ਤੰਬਾਕੂ ਵਿਰੋਧੀ ਦਿਵਸ ਕਦੋਂ ਮਨਾਇਆ ਜਾਂਦਾ ਹੈ 31 ਮਈ 30 ਮਈ 29 ਮਈ ਜਾਂ ਫਿਰ 28 ਮਈ ਨੂੰ ਉੱਤਰ ਆਵੇਗਾ ਆਪਸ਼ਨ ਊੜਾ 31 ਮਈ ਨੂੰ ਪੰਜਵਾਂ ਹੈ ਪੈਟਰੋਲੀਅਮ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਅੰਗਰੇਜ਼ੀ ਲਾਤੀਨੀ ਯੂਨਾਨੀ ਜਾਂ ਫਿਰ ਫ੍ਰਾਂਸੀਸੀ ਸੋ ਉੱਤਰ ਆਵੇਗਾ ਆਪਸ਼ਨ ਆੜਾ ਲਾਤੀਨੀ ਭਾਸ਼ਾ ਦਾ ਇਸ ਤੋਂ ਬਾਅਦ ਹੈ ਪ੍ਰਸ਼ਨ 6 ਮਾਸਾਹਰੀ ਜੀਵ ਕਿਹੜੇ ਹੁੰਦੇ ਹਨ ਉੱਤਰ ਮਾਸਾਹਰੀ ਉਹ ਜੀਵ ਮਾਸਾਹਰੀ ਇਹ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਦੂਜੇ ਜੰਤੂਆਂ ਨੂੰ ਖਾਂਦੇ ਹਨ ਸਤਵਾਂ ਕੋਸ਼ਚਨ ਪੁਚਾਲ ਦੀ ਤੀਬਰਤਾ ਮਾਪਣ ਵਾਲਾ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਉੱਤਰ ਆਵੇਗਾ ਅ ਸਹੀ 100 ਮੀਟਰ ਅਠਵਾਂ ਕੁਐਸਚਨ ਊਰਜਾ ਦਾ ਮੁਢਲਾ ਸਰੋਤ ਕੀ ਹੈ ਉੱਤਰ ਹਰੇ ਪੌਦਿਆਂ ਦੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਹੀ ਊਰਜਾ ਦਾ ਮੁਢਲਾ ਸਰੋਤ ਹਨ ਨੋਵਾਂ ਊਰਜਾ એનર્ਜੀ ਕੀ ਹੈ ਕੰਮ ਕਰਨ ਦੀ ਸਮਰੱਥਾ ਨੂੰ ਊਰਜਾ ਕਹਿੰਦੇ ਹਨ ਦਸਵਾਂ ਚਿਪਕੋ ਅੰਦੋਲਨ ਕਿਸ ਨੇ ਸ਼ੁਰੂ ਕੀਤਾ ਉੱਤਰ ਚਿਪਕੋ ਅੰਦੋਲਨ ਸੁੰਦਰ ਲਾਲ ਬਹੁਗੁਣਾ ਨੇ ਸ਼ੁਰੂ ਕੀਤਾ 11ਵਾਂ ਵਾਯੂ ਮੰਡਲ ਵਿੱਚ ਕਿੰਨੀਆਂ ਪੱਟੀਆਂ ਹਨ ਉੱਤਰ ਵਾਯੂ ਮੰਡਲ ਵਿੱਚ 5 ਪੱਟੀਆਂ ਹਨ ਉਹ ਨੇ ਟਰੋਪੋਸਫੀਅਰ ਸਟੈਟੋਸਫੀਅਰ ਮੈਸੋਸਫੀਅਰ ਥਰਮੋਸਫੀਅਰ ਤੇ ਪੰਜਵੀਂ ਹੈ ਐਕਸੋਸਫੀਅਰ ਸੋ ਇਸੇ ਪ੍ਰਸ਼ਨ 11ਵਾਂ ਦਾ ਉੱਤਰ ਹੈ 12ਵਾਂ ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਲਿਖੋ ਉੱਤਰ ਪ੍ਰਦੂਸ਼ਣ ਦੀਆਂ ਕਿਸਮਾਂ ਸੋ ਪਹਿਲੀ ਹੈ ਹਵਾ ਪ੍ਰਦੂਸ਼ਣ ਦੂਸਰੀ ਪਾਣੀ ਪ੍ਰਦੂਸ਼ਣ ਤੀਸਰੀ ਮਿੱਟੀ ਅਤੇ ਮਿੱਟੀ ਦੀ ਗੰਦਗੀ ਚੌਥਾ ਰੇਡੀਓ ਐਕਟਿਵ ਗੰਦਗੀ ਥਰਮਲ ਪ੍ਰਦੂਸ਼ਣ ਵਿਜ਼ੂਅਲ ਗੰਦਗੀ ਹਲਕਾ ਪ੍ਰਦੂਸ਼ਣ ਤੇ ਸ਼ੋਰ ਪ੍ਰਦੂਸ਼ਣ ਨੌਵੀਂ ਹੈ ਇਲੈਕਟ੍ਰੋਮੈਗਨੈਟਿਕ ਪ੍ਰਦੂਸ਼ਣ ਤੇ ਦਸਵੀਂ ਭੋਜਨ ਦੀ ਗੰਦਗੀ ਸੋ ਇਹ ਨੇ 10 ਪ੍ਰਕਾਰ ਦੇ ਪ੍ਰਦੂਸ਼ਣ 13ਵਾਂ ਤੁਹਾ ਕੀ ਧੁੰਦ ਧੁੰਦ ਧੁਆ ਸਮੋਗ ਕਿਵੇਂ ਪੈਦਾ ਹੁੰਦੀ ਹੈ ਉੱਤਰ ਗੈਸਾਂ ਅਤੇ ਧੁੰਦ ਦੇ ਮਿਸ਼ਰਣ ਨਾਲ ਧੁਆ ਕੀ ਧੁੰਦ ਪੈਦਾ ਹੁੰਦੀ ਹੈ 14ਵਾਂ ਪ੍ਰਸ਼ਨ ਗ੍ਰੀਨ ਹਾਊਸ ਪ੍ਰਭਾਵ ਗ੍ਰੀਨ ਹਾਊਸ ਵੈਕਟ ਕਿਵੇਂ ਪੈਦਾ ਹੁੰਦਾ ਹੈ ਉੱਤਰ ਵਾਤਾਵਰਣ ਵਿੱਚ ਕਾਰਬਨ ਡਾਈ ਆਕਸਾਈਡ ਦੀ ਮਾਤਰਾ ਵੱਧ ਹੋਣ ਨਾਲ ਗ੍ਰੀਨ ਹਾਊਸ ਪ੍ਰਭਾਵ ਪੈਦਾ ਹੁੰਦਾ ਹੈ ਜੋ ਵੀ ਮੈਂ ਤੁਹਾਨੂੰ ਕੋਸ਼ਿਸ਼ ਦਿਖਾ ਰਹੇ ਹਾਂ ਸਾਰੇ ਹੀ ਵੈਰੀ ਵੈਰੀ ਇੰਪੋਰਟੈਂਟ ਹਨ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਹਨ ਸੋ ਸਾਰੇ ਕੋਸ਼ਿਸ਼ ਤੁਸੀਂ ਧਿਆਨ ਨਾਲ ਸਟੱਡੀ ਜ਼ਰੂਰ ਕਰਨੀ ਹਨ 15ਵੇਂ ਪ੍ਰਸ਼ਨ ਵੱਲ ਵੱਧਦੇ ਹਾਂ ਐਚ ਆਈ ਵੀ ਦੀ ਫੁੱਲ ਫਾਰਮ ਲਿਖੋ ਉੱਤਰ ਹਿਮਿਊਨ ਹਿਊਮਨ ਇਮਿਊਨੋਡੈਫੀਸ਼ੈਂਸੀ ਵਾਇਰਸ ਇਹ ਸੀ 15ਵੇਂ ਪ੍ਰਸ਼ਨ ਦਾ ਉੱਤਰ ਸੋ ਇਹ ਸਾਰੇ ਪ੍ਰਸ਼ਨ ਤੁਹਾਨੂੰ 2-2 ਅੰਕ ਦੇ ਪੁੱਛੇ ਜਾਣਗੇ ਤੇ 30 ਅੰਕ ਦਾ ਤੁਹਾਡੇ ਫਸਟ ਪਾਰਟ ਦੇ ਕੁਐਸਚਨ ਪੁੱਛੇ ਜਾਣਗੇ ਇਸ ਤੋਂ ਬਾਅਦ ਆਪਣੇ ਕੋਲ ਲੌਂਗ ਅਨਸਰ ਟਾਈਪ ਕੁਐਸਚਨ ਜਿਸਦੇ ਵਿੱਚ ਤੁਹਾਨੂੰ ਚੋਅ ਦਿੱਤੀ ਗਈ ਹੈ ਕੋਈ ਤਿੰਨ ਪ੍ਰਸ਼ਨ ਕਰੋ ਤੇ ਹਰੇਕ ਪ੍ਰਸ਼ਨ ਪੰਜ ਅੰਕ ਦਾ ਹੋਵੇਗਾ ਪਹਿਲਾਂ 2-2 ਅੰਕ ਵਾਲੇ ਪ੍ਰਸ਼ਨ ਸੀ ਤੇ ਹੁਣ 5-5 ਅੰਕ ਦੇ ਪ੍ਰਸ਼ਨ ਪੁੱਛੇ ਜਾਣਗੇ ਤੇ ਤਿੰਨ ਕਰਨੇ ਹਨ ਕੁੱਲ 45 ਅੰਕ ਦਾ ਤੁਹਾਨੂੰ ਇਹ ਪੇਪਰ ਆਵੇਗਾ ਪ੍ਰਸ਼ਨ ਹੈ ਵਾਤਾਵਰਣ ਸਿੱਖਿਆ এনवायरमेंट এডਿਕੇਸ਼ਨ ਦਾ ਅਰਥ ਸਪਸ਼ਟ ਕਰੋ ਅਤੇ ਇਸ ਦੇ ਖੇਤਰਾਂ ਦਾ ਉਲੇਖ ਕਰੋ ਉੱਤਰ ਵਾਤਾਵਰਣ ਸਿੱਖਿਆ ਦਾ ਭਾਗ ਉਸ ਸਿੱਖਿਆ ਤੋਂ ਹੈ ਜੋ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਨਾਲ ਜੁੜੀ ਹੋਈ ਹੋਵੇ। ਭਾਵ ਵਾਤਾਵਰਣ ਨਾਲ ਸੰਬੰਧਿਤ ਸਾਰੇ ਪਹਿਲੂਆਂ ਦੀ ਸਿੱਖਿਆ ਨੂੰ ਵਾਤਾਵਰਣ ਸਿੱਖਿਆ ਕਹਿੰਦੇ ਹਨ। ਵਾਤਾਵਰਣ ਨਾਲ ਸੰਬੰਧਿਤ ਪੌਤਿਕ, ਸਮਾਜਿਕ, ਨੈਤਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸ਼ਕਤੀਆਂ ਮਨੁੱਖ ਦੀਆਂ ਕਿਰਿਆਵਾਂ, ਸੁਭਾਅ, ਵਿਅਕਤੀਤਵ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਸਾਰੀਆਂ ਵਾਤਾਵਰਣੀ ਸ਼ਕਤੀਆਂ ਦੇ ਵਿਸ਼ੇ ਵਿੱਚ ਗਿਆਨ ਹੋਵੇ ਜਿਨ੍ਹਾਂ ਦਾ ਪ੍ਰਤੱਖ ਜਾਂ ਗੁਜਜਾ ਪ੍ਰਭਾਵ ਉਹਨਾਂ ਦੀ ਆਪਣੀ ਪ੍ਰਕਿਰਤੀ ਸੁਭਾਅ ਅਤੇ ਕਿਰਿਆਵਾਂ ਤੇ ਪੈਂਦਾ ਹੈ ਇਸ ਤਰ੍ਹਾਂ ਦਾ ਗਿਆਨ ਸਿਰਫ ਵਾਤਾਵਰਣ ਸਿੱਖਿਆ ਦੇ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਵਾਤਾਵਰਣ ਸਿੱਖਿਆ ਦੇ ਖੇਤਰ ਹੇਠਾ ਦਿੱਤੇ ਹਨ ਸੋ ਪਹਿਲਾ ਹੈ ਸੰਸਾਧਨ ਤੇ ਦੂਸਰਾ ਹੈ ਪੋਪੂਲੇਸ਼ਨ ਐਜੂਕੇਸ਼ਨ 3 ਪੋਪੂਲੇਸ਼ਨ ਗ੍ਰੋਥ ਫੋਰਥ ਫਿਜ਼ੀਕਲ ਹੈਲਥ ਤੇ ਫਿਫਥ ਹੈ ਭੋਜਨ ਅਤੇ ਪੋਸ਼ਣ ਫੂਡ ਐਂਡ ਨਿਊਟ੍ਰੀਸ਼ਨ ਤੇ ਲਾਸਟ ਹੈ ਪ੍ਰਦੂਸ਼ਣ ਪੋਲਿਊਸ਼ਨ ਇਸ ਤੋਂ ਬਾਅਦ ਹੈ ਪ੍ਰਸ਼ਨ ਤੀਸਰਾ ਮਨੁੱਖ ਦੁਆਰਾ ਰਚਿਤ ਆਫਤਾਂ ਮੈਨੂ ਮੇਡ ਡਿਜ਼ਾਸਟਰ ਦੀਆਂ ਮੁੱਖ ਕਿਸਮਾਂ ਦਾ ਵਰਣਨ ਕਰੋ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਆਫਤਾਂ ਨੂੰ ਮਨੁੱਖ ਦੁਆਰਾ ਰਚਿਤ ਮੈਨੂ ਮੇਡ ਆਫਤਾਂ ਆਖਦੇ ਹਨ ਇਨ੍ਹਾਂ ਆਫਤਾਂ ਵਿੱਚ ਨੌਬਿਕ ਦੁਰਘਟਨਾਵਾਂ ਤੇ ਵਿਸ਼ੇਲ ਪਦਾਰਥਾਂ ਦੀ ਉਤਪਤੀ ਅਤੇ ਨਿਕਾਸੀ ਅੱਧਾ ਲੱਗਣੀਆਂ ਹਵਾਈ ਜਹਾਜ਼ਾਂ ਦੀਆਂ ਦੁਰਘਟਨਾਵਾਂ ਆਦ ਮਨੁੱਖ ਦੁਆਰਾ ਰਚਿਤ ਦੁਰਘਟਨਾਵਾਂ ਦੇ ਕੁਝ ਮੁੱਖ ਉਦਾਹਰਣ ਹਨ ਆਫਤਾਂ ਦੋ ਪ੍ਰਕਾਰ ਦੀਆਂ ਹਨ ਪਹਿਲੀ ਹੈ ਤਕਨੀਕੀ ਆਫਤਾਂ ਤੇ ਦੂਸਰੀ ਹੈ ਉਦਯੋਗਿਕ ਆਫਤਾਂ ਸੋ ਇਹਨਾਂ ਨੂੰ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਆਫਤਾਂ ਜੋ ਦੋ ਪ੍ਰਕਾਰ ਦੇ ਹਨ ਟੈਕਨੋਲੋਜੀਕਲ ਡਿਜ਼ਾਸਟਰ ਤੇ ਇੰਡਸਟਰੀਅਲ ਡਿਜ਼ਾਸਟਰ ਇਹਨਾਂ ਤੁਸੀਂ ਨੋਟ ਕਰ ਸਕਦੇ ਹੋ ਤੇ ਨਾਲ ਹੀ ਮਨੁੱਖ ਦੁਆਰਾ ਰਚਿਤ ਆਫਤਾਂ ਦੇ ਪ੍ਰਭਾਵ ਮਨੁੱਖ ਦੁਆਰਾ ਰਚਿਤ ਆਫਤਾਂ ਮਨੁੱਖੀ ਜੀਵਨ ਸ਼ੈਲੀ ਅਤੇ ਵਾਤਾਵਰਣ ਵਿੱਚ ਤਬਦੀਲੀਆਂ ਪੈਦਾ ਕਰਦੀਆਂ ਹਨ ਜਿਵੇਂ ਕਿ ਵਿਕਰਨ ਤੇ ਪੈਣ ਵਾਲੇ ਦੁਸ਼ਟ ਪ੍ਰਭਾਵ ਦੇ ਕਾਰਨ ਮਨੁੱਖ ਦੀ ਚਮੜੀ ਦਾ ਕੈਂਸਰ ਚਿੱਟਾ ਮੋਤੀਆ ਅਤੇ ਸਰੀਰ ਦੇ ਅੰਗਾਂ ਦਾ ਕੈਂਸਰ ਹੋ ਸਕਦਾ ਹੈ ਤੇ ਜੈਨੇਟਿਕ ਮਟੀਰੀਅਲ ਅਤੇ ਉਤਪਰੀਵਰਤਨ ਹੋ ਸਕਦੇ ਹਨ ਵਿਸ਼ੇਲੇ ਰਸਾਇਣਿਕ ਦੇ ਸੰਪਰਕ ਨਾਲ ਬਲਾਈਂਡਨੈਸ ਬੋਲਾਪਣ ਅਤੇ ਨਾੜੀ ਪ੍ਰਣਾਲੀ ਵਿੱਚੇ ਵਿਗਾੜ ਪੈਦਾ ਹੋ ਸਕਦਾ ਹੈ ਜਿਗਰ ਅਤੇ ਗੁਰਦਿਆਂ ਦੇ ਕੰਮ ਵਿੱਚੇ ਤਬਦੀਲੀ ਹੋ ਸਕਦੀ ਹੈ ਚੌਥਾ ਹੈ ਕੋਲੇ ਦੀ ਉਤਪਤੀ ਪ੍ਰਾਪਤੀ ਕਿਸਮਾ ਅਤੇ ਵਰਤੋਂ ਬਾਰੇ ਲਿਖੋ ਉੱਤਰ ਇਹ ਜੀਵ ਜੰਤੂਆਂ ਤੇ ਪੈਦਾ ਹੋਣ ਵਾਲਾ ਬਾਲਣ ਹੈ ਇਹ ਊਰਜਾ ਦਾ ਇੱਕ ਮਹੱਤਵਪੂਰਨ ਸਾਧਨ ਹੈ ਕੋਲਾ ਧਰਤੀ ਦੇ ਅੰਦਰ ਦੱਬੀ ਪਈ ਪੁਲਸਪਤੀ ਤੋਂ ਬਣਿਆ ਹੋਇਆ ਹੈ ਬਣੇ ਹੋਇਆ ਕੋਲੇ ਦੀ ਉਤਪਤੀ ਅਤੇ ਪ੍ਰਾਪਤੀ ਫਾਰਮੇਸ਼ਨ ਐਂਡ ਐਕਸਟ੍ਰੈਕਸ਼ਨ ਆਫ ਕੋਲ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਜੰਗਲ ਹੀ ਜੰਗਲ ਸਨ ਧਰਤੀ ਦੀ ਹਲਚਲ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬ ਗਏ ਧਰਤੀ ਦੀ ਅੰਦਰੂਨੀ ਗਰਮੀ ਅਤੇ ਉਪਰੀ ਤਵਾਹ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿੱਚ ਬਦਲ ਗਈ ਇਸ ਲਈ ਕੋਲਾ ਪਰਤਦਾਰ ਚਟਾਨਾਂ ਦੇ ਰੂਪ ਵਿੱਚ ਮਿਲਦਾ ਹੈ ਕੋਲੇ ਵਿੱਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਵਿੱਚ ਹਾਈਡਰੋਜਨ ਆਕਸੀਜਨ ਅਤੇ ਸਵਾ ਆਦਿ ਵੀ ਮਿਲੇ ਹੁੰਦੇ ਹਨ ਕੋਲੇ ਦੀਆਂ ਵੱਖ-ਵੱਖ ਕਿਸਮਾਂ ਡਿਫਰੈਂਟ ਟਾਈਪਸ ਆਫ ਕੋਲਜ਼ ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ ਸੋ ਕਿਸਮਾਂ ਨੇ ਲਿਗਨਾਈਟ ਬਿਟੂਮੀਨਸ ਤੇ ਐਂਥਰਾਗਾਈਟ ਕੋਲੇ ਦੀਆਂ ਇਹਨਾਂ ਕਿਸਮਾਂ ਭੂਮੀ ਹੇਠਾਂ ਪਰਤਾਂ ਦੇ ਰੂਪ ਵਿੱਚ ਹੁੰਦੀਆਂ ਹਨ ਖਾਨਾ ਵਿੱਚੋਂ ਕੱਢਿਆ ਜਾਣ ਵਾਲਾ ਕੋਲਾ ਸਭ ਤੋਂ ਵੱਧ ਬਾਲਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਸ ਦੇ ਮੁੱਖ ਭੰਡਾਰ ਅਮਰੀਕਾ ਪੁੱਤਪੁਰਵ ਸੋਵੀਅਨ ਯੂਨੀਅਨ ਅਤੇ ਚੀਨ ਵਿਚ ਹਨ ਭਾਰਤ ਵਿੱਚ ਜਿਆਦਾ ਕੋਲੇ ਦੇ ਭੰਡਾਰ ਬਿਹਾਰ ਪੱਛਮੀ ਬੰਗਾਲ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟra ਵਿੱਚ ਸਥਿਤ ਹਨ ਵੱਖ-ਵੱਖ ਪ੍ਰਕਾਰ ਦੀ ਕੋਲੇ ਦੀ ਕਢਾਈ ਐਕਸਟ੍ਰੈਕਸ਼ਨ ਆਫ ਡਿਫਰੈਂਟ ਗ੍ਰੇਡਸ ਆਫ ਕੋਲਜ਼ ਕੋਲੇ ਦੀਆਂ ਸਾਰੀਆਂ ਤਿੰਨ ਕਿਸਮਾਂ ਧਰਤੀ ਦੇ ਹੇਠ ਤਲਛਟਾਂ ਦੀ ਸ਼ਕਲ ਵਿੱਚ ਦੱਬੀਆਂ ਹੋਈਆਂ ਹੁੰਦੀਆਂ ਹਨ ਅਤੇ ਇਹਨਾਂ ਨੂੰ ਖਾਨ ਖੁਦਾਈ ਵਿਧੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਕੋਲੇਜੇ ਉਪਯੋਗ ਯੂਜ਼ਸ ਆਫ ਕੋਲ ਸੋ ਇਹਨੇ ਕੋਲ ਦੇ ਉਪਯੋਗ ਇਹਨਾਂ ਨੂੰ ਤੁਸੀਂ ਨੋਟ ਕਰ ਸਕਦੇ ਹੋ ਕੰਪਲੀਟ ਆਨਸਰ ਤੇ ਨਾਲ ਹੀ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਇਹ ਜੀ ਪੀ ਡੀ ਐਫ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਜੀ ਐਸ ਅਪਡੇਟਸ ਪੀ ਐਸ ਸੀ ਬੀ ਤੇ ਮਿਲ ਜਾਵੇਗੀ ਸੋ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲੈਣਾ ਤਨਾਲੀ ਚੈਨਲ ਨੂੰ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਇਸੇ ਤਰ੍ਹਾਂ ਤੁਹਾਨੂੰ ਸਾਰੇ ਐਗਜ਼ਾਮ ਦੀ ਤਿਆਰੀ ਚੈਨਲ ਦੇ ਉੱਪਰ ਕਰਵਾਈ ਜਾਵੇਗੀ। ਪ੍ਰਸ਼ਨ 5 ਇੱਕ ਸਧਾਰਨ ਵਿਅਕਤੀ ਨੂੰ ਨਸ਼ੇ ਦਾ ਆਦਤ ਬਣਾਉਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ? ਉੱਤਰ ਇੱਕ ਸਧਾਰਨ ਇੱਕ ਸਧਾਰਨ ਵਿਅਕਤੀ ਨੂੰ ਨਸ਼ੇ ਦਾ ਆਦਤ ਬਣਾਉਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ਇਸ ਦਾ ਉੱਤਰ ਆਵੇਗਾ। ਨਸ਼ੀਲੇ ਪਦਾਰਥਾਂ ਦਾ ਆਦਤ ਹੋਣਾ ਇੱਕ ਅਜਿਹੀ ਸਮੱਸਿਆ ਹੈ ਜੋ ਕਿਸ਼ੋਰਾਂ ਤੇ ਵੱਡੀ ਉਮਰ ਵਾਲਿਆਂ ਦੋਹਾਂ ਵਿੱਚ ਬਹੁਤ ਫੈਲ ਚੁੱਕੀ ਹੈ ਇਸ ਲਈ ਕੁਝ ਜਿੰਮੇਵਾਰ ਕਾਰਕ ਇਹ ਹੋ ਸਕਦੇ ਹਨ ਪਹਿਲਾ ਹੈ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੁਆਰਾ ਇਹਨਾਂ ਪਦਾਰਥਾਂ ਦੀ ਵਰਤੋਂ ਕੀਤਾ ਜਾਣ ਨਾਲ ਨਸ਼ੇੜੀ ਬਣਨ ਦਾ ਖਤਰਾ ਵੱਧਾ ਹੈ ਦੂਸਰਾ ਕਈ ਵਾਰ ਆਪਣੇ ਕਿੱਤੇ ਵਿੱਚ ਅਸਫਲ ਹੋਣ ਹੋਣਾ ਵੀ ਇਸ ਦਾ ਕਾਰਨ ਬਣ ਸਕਦਾ ਹੈ ਤੀਸਰਾ ਕਿਰਲੂ ਜੀਵਨ ਵਿੱਚ ਗੜਬੜੀ ਵਿਅਕਤੀ ਨੂੰ ਇਸ ਪਾਸੇ ਧੱਕ ਸਕਦੀ ਹੈ ਤੇ ਜਿਨ੍ਹਾਂ ਵਿਅਕਤੀ ਨੂੰ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਬੇਤਿਆਨੀ ਉਦਾਸੀ ਜਾਂ ਚਿੰਤਾ ਰੋਗ ਹੋਵੇ ਉਹ ਠੀਕ ਮਹਿਸੂਸ ਕਰਨ ਲਈ ਨਸ਼ੀਲੇ ਪਦਾਰਥ ਲੈਣ ਲੱਗ ਪੈਂਦੇ ਹਨ ਤੇ ਨੌਜਵਾਨਾਂ ਵੱਲੋਂ ਮौज-ਮਸਤੀ ਲਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਉਹਨਾਂ ਨੂੰ ਉਹਨਾਂ ਦੇ ਆਦਤ ਹੋਣ ਦੇ ਮੌਕੇ ਵਧਾ ਦਿੰਦਾ ਹੈ ਕਈ ਵਾਰ ਮਾਪਿਆਂ ਵੱਲੋਂ ਬੱਚਿਆਂ ਉੱਪਰ ਇਮਤਿਹਾਨਾਂ ਵਿੱਚ ਚੰਗੀ ਕਾਰਜ ਕੁਜਾਰੀ ਦਿਖਾਉਣ ਲਈ ਪਾਏ ਜਾਂਦੇ ਦਬਾਅ ਨੂੰ ਨਾ ਚੱਲ ਸਕਣਾ ਵੀ ਉਹਨਾਂ ਨੂੰ ਅਨਸ਼ੀਲੇ ਪਦਾਰਥਾਂ ਦੀ ਵਰਤੋਂ ਵੱਲ ਲੈ ਜਾਂਦਾ ਹੈ ਸੋ ਐਸੀ ਲੋਕਾਂ ਸੀ ਟਾਈਪ ਕੁਸ਼ਨ ਜੋ ਕਿ ਕੁੱਲ 15 ਅੰਕ ਦੇ ਪੁੱਛੇ ਜਾਣਗੇ 5-5 ਅੰਕ ਦਾ ਹਰ ਇੱਕ ਪ੍ਰਸ਼ਨ ਹੋਵੇਗਾ ਸੋ A07 ਦੇ ਸਭ ਦੇ ਲਈ ਫੁਲੀ ਸੋਲ ਸੈਂਪਲ ਪੇਪਰ ਜਮਤ 11ਵੀਂ ਇੰਵੀਆਜ਼ ਦਾ ਵਾਤਾਵਰਣ ਸਿੱਖਿਆ ਦਾ ਉਮੀਦ ਹੈ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਇਸੇ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ ਟਾਟਾ ਧੰਨਵਾਦ